ਪਟਿਆਲਾ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਹਰਿਆਣਾ ਅਤੇ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਿਹੜੀ ਮੀਟਿੰਗ ਹੈ ਸਮਾਪਤ ਹੋ ਚੁੱਕੀ ਹੈ। ਮੇਰੇ ਨਾਲ ਸਰਵਣ ਸਿੰਘ ਭੰਦੇਰ ਮੌਜੂਦ ਨੇ, ਮਨਜੀਤ ਸਿੰਘ ਨਿਆਲ ਨੇ, ਕਿਸਾਨ ਆਗੂ ਭੰਦੇਰ ਸਾਹਿਬ ਨਾਲ ਗੱਲ ਕਰ ਲਈ। ਭੰਦੇਰ ਸਾਹਿਬ, ਉਹੀ ਸਿੱਟਾ ਰਿਹਾ ਜਿਹੜਾ ਪਹਿਲੀ ਮੀਟਿੰਗ ਦਾ ਸੀ? ਹਾਂ, ਲਗਭਗ ਉਹੀ ਸਿੱਟਾ ਵਾ। ਅਸੀਂ ਆਪਦਾ ਪੱਖ ਰੱਖਤਾ, ਰਾਹ ਖੋਲ੍ਹਣ 'ਤੇ ਵੀ ਸਪਸ਼ਟ ਹੈ ਸਾਡਾ ਪੱਖ ਵੀ, ਰਾਹ ਖੋਲ੍ਹੋ, ਸਾਡੇ ਵੱਲੋਂ ਰਾਹ ਬੰਦ ਨਹੀਂ ਹੈਗਾ। ਇਹ ਰਾਹ 13 ਫਰਵਰੀ ਤੋਂ ਬਾਅਦ ਜਿਹੜਾ ਹਰਿਆਣਾ ਸਰਕਾਰ ਨੇ ਰੋਕਿਆ, ਅਸੀਂ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਵੀ ਸਾਡੇ ਨਾਲ ਆ ਜਾਓ, ਜੇ ਤੁਹਾਡੀ ਗੱਡੀ ਕਿਤੇ ਸਾਡੇ ਅੰਦੋਲਨ 'ਚ ਰੁਕੂਗੀ, ਮੀਡੀਆ ਆ ਜਾਓ, ਫਿਰ ਤੁਸੀਂ ਕਹੋ ਸਾਡੇ ਤੋਂ ਰਾਹ ਖੁੱਲ੍ਹਾ। ਹੁਣ ਖੋਲ੍ਹਣਾ ਨਾ ਖੋਲ੍ਹਣਾ ਉਹਦੀ ਮਰਜ਼ੀ, ਮੈਨੂੰ ਲੱਗਦਾ ਹਰਿਆਣਾ ਸਰਕਾਰ ਰਾਹ ਖੋਲ੍ਹਣ ਨੂੰ ਤਿਆਰ ਹੈਗੀ ਆ। ਸੈਕਿੰਡ ਪਾਰਟ ਹੈਗਾ ਵੀ ਸਾਡੇ ਨਾਲ ਜੇ ਗੱਲ ਕਰਨੀ ਸਾਰੇ ਇਸ਼ੂਆਂ 'ਤੇ, ਅਤੇ ਕੇਂਦਰ ਸਰਕਾਰ ਦੀ 5ਵੇਂ ਰਾਊਂਡ ਦੀ ਟੀਮ ਜਿਹੜੀ ਕੇਂਦਰ ਸਰਕਾਰ ਦੇ ਮੰਤਰੀ ਆ ਉਹ ਖੁਦ ਆ ਕੇ ਗੱਲ ਕਰ ਲੈਣ। 6ਵਾਂ ਹੈਗਾ ਵੀ ਅਸੀਂ ਇਹ ਉਦੇ ਪ੍ਰਤਾਪ ਸਿੰਘ ਅਤੇ ਹਰਿਆਣਾ ਵਰਸਸ ਹੈਗਾ ਕੇਸ, ਅਸੀਂ ਅਦਾਲਤ ਦਾ ਪਾਰਟ ਨਹੀਂ ਹੈਗੇ, ਨਾ ਅਸੀਂ ਕਿਸੇ ਕਿਸਮ ਦੀ ਕਮੇਟੀ ਮੰਗ ਰਹੇ ਹਾਂ। ਠੀਕ ਹੈ ਜੀ, ਵੀ ਕਮੇਟੀ ਸਾਨੂੰ ਚਾਹੀਦੀ ਹੈ, ਕੇਂਦਰ ਗੱਲ ਕਰੇ ਸਾਡੇ ਨਾਲ ਗੱਲ ਕਰਨ ਵਾਸਤੇ। ਤਾਂ ਪਹਿਲੋਂ ਵੀ ਮੋਦੀ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਲਿਖ ਕੇ ਦੇ ਚੁੱਕੀ ਆ ਵੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾਗਦੀ, ਸਭ ਕੁਝ ਲਿਖਿਆ ਹੋਇਆ। ਤਾਂ ਇਸ ਕਰਕੇ ਅਸੀਂ ਆਪਣਾ ਪੱਖ ਸਪਸ਼ਟ ਕੀਤਾ ਹੈਗਾ। ਦੂਜੀ ਤੁਹਾਡੇ ਮਾਧਿਅਮ ਨਾਲ ਬੇਨਤੀ ਆ ਵੀ 31 ਅਗਸਤ ਨੂੰ ਵੱਡੇ ਇਕੱਠ ਹੋਣੇ ਨੇ ਸ਼ੰਭੂ ਅਤੇ ਖਨੌਰੀ ਅਤੇ ਰਾਜਸਥਾਨ ਦੇ ਵਿੱਚ, ਵੱਧ ਤੋਂ ਵੱਧ ਉੱਤਰ ਭਾਰਤ ਦੇ ਲੋਕ ਇਸ ਅੰਦੋਲਨ ਵਿੱਚ, ਕਿਸਾਨ ਮਜ਼ਦੂਰ ਮਤਾਵਾਂ ਭੈਣਾਂ ਪਹੁੰਚਣ। ਤੁਸੀਂ ਹੈਗੀ ਯਾਨੀ ਕਿ ਟਰਾਲੀਆਂ ਦਾ ਜਿਹੜਾ ਮੁੱਦਾ ਹੈਗਾ ਉਹ ਉਹਨਾਂ ਨੇ ਅੱਗੇ ਰੱਖਿਆ ਹੋਇਆ, ਜਿਹਦਾ ਕਿਸਾਨਾਂ ਦਾ ਗੁਜ਼ਾਰਾ ਹੀ ਨਹੀਂ ਹੈਗਾ? ਨਹੀਂ ਦੇਖੋ, ਉਹ ਕਹਿਣ ਦੇ ਨੇ ਕਿ ਤਾਂ ਉਹਨਾਂ ਖੋਲ੍ਹਣਾ ਕਿ ਨਹੀਂ ਖੋਲ੍ਹਣਾ, ਠੀਕ ਆ, ਇਹ ਤਾਂ ਪਤਾ ਲੱਗੂ ਉਦੋਂ। ਅਸੀਂ ਸਪਸ਼ਟ ਕਰਨੇ ਵੀ ਟਰੈਕਟਰ ਟਰੋਲੀ ਖੜਨਾ ਸਾਡਾ ਅਣਖ ਦਾ ਸਵਾਲ ਨਹੀਂ ਹੈ, ਠੀਕ ਹੈ। ਸਵਾਲ ਹੈ ਵੀ ਅਸੀਂ ਬਗੈਰ ਚੱਲ ਕੇ ਚੱਲ ਜਾਣੇ ਉੱਥੇ, ਕਿਤੇ ਸਾਲ ਲੱਗਣਾ, ਦੋ ਲੱਗਣੇ, ਫਿਰ ਉੱਥੇ ਰਹਿਣਾ? ਟਰੈਕਟਰ ਟਰੋਲੀ ਤੋਂ ਬਗੈਰ ਜਾਣਾ ਮਤਲਬ ਅੰਦੋਲਨ ਨੂੰ ਖਤਮ ਕਰਨਾ ਹੈਗਾ, ਠੀਕ ਆ। ਮੀਂਹ ਆ, ਹਨੇਰੀ ਆ, ਸਰਦੀ ਆ, ਟਰੈਕਟਰ ਟਰੋਲੀ ਆ ਸਾਡੇ ਕੋਲ, ਤਾਂ ਮੈਨੂੰ ਲੱਗਦਾ ਉਹ ਠੀਕ ਨਹੀਂ ਹੈਗਾ। ਡੱਲੇਵਾਲ ਸਾਹਿਬ ਮੀਟਿੰਗ 'ਚ ਨਹੀਂ ਆਏ? ਹਾਂ ਨਹੀਂ, ਉਹ ਸਾਊਥ ਨੂੰ ਗਏ ਹੈਗੇ ਆ, ਉਹਨਾਂ ਦੀਆਂ ਮੀਟਿੰਗਾਂ ਸੀਗੀਆਂ, ਇਸ ਕਰਕੇ ਉਹ ਮੀਟਿੰਗ ਚਲੇ ਗਏ। ਭੰਦੇੜ ਸਾਹਿਬ, ਕੰਗਣਾ ਰਾਣਾਵਤ ਦਾ ਬਿਆਨ ਆਇਆ ਪੰਜਾਬ ਬਾਰੇ, ਕਿਸਾਨੀ ਅੰਦੋਲਨ ਬਾਰੇ, ਕਿਸ ਤਰ੍ਹਾਂ ਦੇਖਦੇ ਹੋ ਉਸ ਬਿਆਨ ਨੂੰ? ਕੰਗਣਾ ਜੀ ਦਾ ਪਹਿਲਾ ਬਿਆਨ ਨਹੀਂ ਹੈਗਾ ਇਹ, ਪਹਿਲੋਂ ਵੀ ਕਿਸਾਨ ਅੰਦੋਲਨ ਦੇ ਖਿਲਾਫ ਅਭੱਦਰ ਕਿਸਮ ਦੀਆਂ ਟਿੱਪਣੀਆਂ ਉਹ ਕਰਦੇ ਰਹੇ ਨੇ, ਕਿਸਾਨਾਂ ਪ੍ਰਤੀ ਉਹਨਾਂ ਦੀ ਅੱਡ ਨਫ਼ਰਤ ਲਗਾਤਾਰ ਪਾਈ ਜਾਂਦੀ। ਇਸ ਲਈ ਭਾਜਪਾ ਦੇ MP ਨੇ, ਰਵਨੀਤ ਬਿੱਟੂ ਜੀ ਵੀ ਬਹੁਤ ਸਾਰੇ ਇਲਜ਼ਾਮ ਲਾਉਂਦੇ ਨੇ, ਭਾਜਪਾ ਦੇ ਹੋਰ MP ਵੀ ਸਾਡੇ ਖਿਲਾਫ਼ ਬਹੁਤ ਮੁਖਰ ਬੋਲਦੇ ਹੈਗੇ ਨੇ। ਤਾਂ ਹਰਿਆਣਾ ਦੇ ਤਾਂ BJP ਅਫਿਸ਼ੀਅਲ ਪੇਜ 'ਤੇ ਤੁਸੀਂ ਦੇਖ ਲਓ ਵੀ ਅਸੀਂ ਜਿਹੜਾ ਵਾ ਖਾਲਿਸਤਾਨੀਆਂ ਨੂੰ ਰੋਕਣ ਵਾਸਤੇ ਰਾਹ ਰੋਕਿਆ ਆ, ਐਂ ਬੋਲਦੀ ਭਾਜਪਾ ਅਫਿਸ਼ੀਅਲ, ਤਾਂ ਦੇਖ ਲਓ ਕੀ ਆ। ਤਾਂ ਇਸ ਕਰਕੇ ਕੰਗਣਾ ਰਣਾਵਤ ਜੀ ਜਿਹੜੇ ਉਹ ਇਲਜ਼ਾਮ ਲਾ ਰਹੀ ਆ ਉਹ ਬਿਲਕੁਲ ਗਲਤ ਨੇ, ਬੇਬੁਨਿਆਦ ਨੇ, ਵੀ ਅੰਦੋਲਨ 'ਚ ਕੋਈ ਇਸ ਕਿਸਮ ਦੇ ਰੇਪ ਰੂਪ ਹੋ ਰਹੇ, ਕੋਈ ਰੋਪ ਨਹੀਂ। ਤੁਹਾਨੂੰ ਪਤਾ ਕੰਗਣਾ ਰਣਾਵਤ ਜੀ ਦਾ ਬਿਆਨਬਾਜ਼ੀ ਰਾਜਨੀਤੀ ਤੋਂ ਪ੍ਰੇਰਿਤ ਆ, ਅਤੇ ਉਹਨਾਂ ਨੂੰ ਬਿਆਨ ਜਿਹੜੇ ਆ ਉਹ ਨਾਗਪੁਰ ਤੋਂ ਲਿਖੇ ਆਉਂਦੇ ਆ, ਮਸਲਾ ਡੀਰੇਲ ਕਰ ਲਈ ਉਹ ਬਿਆਨਬਾਜ਼ੀ ਕਰਦੇ ਨੇ, ਰਾਜਨੀਤੀ ਤੋਂ ਪ੍ਰੇਰਿਤ ਬਿਆਨ ਹੈਗੇ ਉਹਨਾਂ ਦੇ। ਭੰਦੇੜ ਸਾਹਿਬ, ਲਾਸਟ ਸਵਾਲ ਹੈ, ਅਗਲੀ ਮੀਟਿੰਗ ਦਾ ਕੋਈ ਏਜੰਡਾ ਤਿਆਰ ਕੀਤਾ, ਕੋਈ ਮੈਸੇਜ ਆਇਆ? ਨਾ ਨਾ, ਕੋਈ ਇਹੋ ਜਿਹੀ ਗੱਲ ਨਹੀਂ ਆਇਆ। ਸਰਵਣ ਸਿੰਘ ਭੰਦੇਰ ਨੇ, ਕਿਸਾਨ ਆਗੂ ਨੇ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਅਸੀਂ ਕਿਸਾਨਾਂ ਆਗੂਆਂ ਦੀ ਜਿਹੜੀ ਮੀਟਿੰਗ ਦੇ ਵਿੱਚ ਅਸੀਂ ਗਏ ਸੀ ਤਾਂ ਅਸੀਂ ਇਹੀ ਆਪਣਾ ਪੱਖ ਰੱਖਿਆ ਕਿ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ, ਸਾਨੂੰ ਦਿੱਲੀ ਐਂਟਰ ਕਰ ਦਿੱਤਾ ਜਾਵੇ ਵਾਇਆ ਹਰਿਆਣਾ, ਅਸੀਂ ਇੱਕ ਦਿਨ ਦੇ ਅੰਦਰ ਅੰਦਰ ਸਾਰਾ ਜਿਹੜਾ ਸ਼ੰਭੂ ਦਾ ਰਸਤਾ ਖੋਲ੍ਹ ਦੇਵਾਂਗੇ। ਪਰ ਹਰਿਆਣਾ ਸਰਕਾਰ ਇਸ ਗੱਲ ਦੇ ਉੱਪਰ ਅੜੀ ਹੋਈ ਹੈ ਕਿ ਟਰੈਕਟਰ ਟਰਾਲੀਆਂ ਦੇ ਨਾਲ ਉੱਥੇ ਜਾਣ ਦੀ ਤੁਹਾਨੂੰ ਇਜਾਜ਼ਤ ਨਹੀਂ ਹੈ, ਅਤੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਟਰੈਕਟਰ ਟਰਾਲੀਆਂ ਨਹੀਂ ਜਾਣਗੀਆਂ ਤਾਂ ਕਿਸਾਨ ਉਸ ਸੰਘਰਸ਼ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਅੱਗੇ ਰੱਖ ਸਕਣਗੇ, ਕਿਉਂਕਿ ਕੇਂਦਰ ਸਰਕਾਰ ਇੰਨੀ ਜਲਦੀ ਮੰਗਾਂ ਮੰਨਣ ਵਾਲੀ ਨਹੀਂ ਹੈ। ਸੋ ਅਗਲੀ ਮੀਟਿੰਗ ਕਦੋਂ ਹੁੰਦੀ ਹੈ ਜਾਂ ਸੁਪਰੀਮ ਕੋਰਟ ਦੀ ਜਿਹੜੀ ਸੁਣਵਾਈ ਹੈ 2 ਤਰੀਕ ਨੂੰ, ਉਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਇਹ ਵੇਖਣ ਵਾਲੀ ਗੱਲ ਹੋਏਗੀ। ਪਰ ਫਿਲਹਾਲ ਕਿਸਾਨ ਆਗੂਆਂ ਨੇ ਕਿਹਾ ਕਿ ਅਗਲੀ ਮੀਟਿੰਗ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਅਤੇ ਦੂਜੀ ਗੱਲ, ਅੱਜ ਦੀ ਮੀਟਿੰਗ ਇੱਕ ਵਾਰ ਫਿਰ ਬੇਸਿੱਟ ਆ ਰਹੀ ਹੈ, ਕਿਉਂਕਿ ਕਿਸਾਨ ਆਗੂ ਅਤੇ ਹਰਿਆਣਾ ਦੇ ਅਧਿਕਾਰੀ ਆਪਣੇ ਆਪਣੇ ਸਟੈਂਡ ਦੇ ਉੱਪਰ ਅੜੇ ਹੋਏ ਨੇ। ਪਟਿਆਲਾ ਦੀ ਪੁਲਿਸ ਲਾਈਨ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।